ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਰਬੱਤ ਮਾਈ ਭਾਈ ਜੀਓ, ਆਓ ਆਪਾਂ ਸਾਰੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਸਮੁੱਚੀ ਸੰਗਤ ਦੋਨੇ ਹੱਥ ਜੋੜ ਕੇ ਆਪਣੇ ਸੀਸ ਨੂੰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵੱਲ ਝੁਕਾ ਕੇ ਉੱਚੀ ਆਵਾਜ਼ ਵਿੱਚ ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਤਿਕਾਰਯੋਗ ਜਨਰਲ ਭਾਈ ਲਾਭ ਸਿੰਘ ਉਹਨਾਂ ਦੀ ਸਾਲਾਨਾ ਯਾਦ ਦੇ ਸੰਬੰਧ ਵਿੱਚ ਉਹਨਾਂ ਦੇ ਨਗਰ ਸ਼ਹੀਦਾਂ ਦੇ ਅਸਥਾਨ 'ਤੇ ਆਪਾਂ ਹਾਜ਼ਰੀਆਂ ਭਰਨ ਵਾਸਤੇ ਆਏ ਹਾਂ। ਪਿਆਰੂ ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਆ, ਪਰ ਇੱਕ ਆਮ ਮੌਤ ਹੁੰਦੀ ਆ ਅਤੇ ਇੱਕ ਖਾਸ ਮੌਤ ਹੁੰਦੀ ਆ। ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਛਕਣ ਤੋਂ ਪਹਿਲਾਂ ਉਹ ਪਰਨ ਕਰਦੇ ਆ, ਉਹ ਪਰਨ ਤੁਸੀਂ ਵੀ ਕੀਤਾ, ਮੈਂ ਵੀ ਕੀਤਾ, ਅਤੇ ਜਿਹੜੇ ਕੁਰਬਾਨ ਹੋਏ ਆ ਪਰਨ ਉਹਨਾਂ ਨੇ ਵੀ ਕੀਤਾ। ਉਹ ਪਰਨ ਕਿਹੜਾ? ਅੱਜ ਤੋਂ ਬਾਅਦ ਸੀਸ ਪੰਥ ਦਾ ਸਮਝਣਾ, ਲੋੜ ਪੈਣ 'ਤੇ ਪੰਥ ਨੂੰ ਹਾਜ਼ਰ ਕਰਨਾ। ਪਰਨ ਸਾਰੇ ਕਰਦੇ ਆ, ਪਰ ਨਿਭਾਉਂਦਾ ਕੋਈ ਵਿਰਲਾ। ਜਿਹੜਾ ਪਰਨ ਆਪਣੇ ਸਵਾਸਾਂ ਦੇ ਨਾਲ ਨਿਭਾਉਂਦਾ, ਉਹਦਾ ਗੁਰੂ ਦੇ ਨਾਲ ਪਿਆਰ ਹੁੰਦਾ। ਉਸ ਪਿਆਰ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸਿਕਾਂਡੇ ਕੱਚਿਆ। ਮੌਤ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਸੂਰਾ ਸੋ ਪਹਿਚਾਨਿਆ, ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛੱਡਾ ਖੇਤ। 100 ਸਾਲ ਦਾ ਬਜ਼ੁਰਗ ਵੀ ਹੋ ਜਾਵੇ, ਤੁਰਨ ਤੋਂ ਉਹ ਆਤਰ ਹੋਵੇ, ਮੰਜੇ 'ਤੇ ਬੈਠਾ ਹੋਵੇ, ਅਤੇ ਗੁਰਮੁਖ ਉਹਦਾ ਵੀ ਮਰਨ ਨੂੰ ਜੀ ਨਹੀਂ ਕਰਦਾ। ਮਰਨ ਨੂੰ ਜੀ ਕਰਦਾ ਕਿਹਦਾ? ਜਿਹੜੇ ਮੌਤ ਦੀ ਅਡੀਕ ਕਰਦੇ ਆ ਉਹਨਾਂ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਕਬੀਰ, ਜਿਸ ਮਰਨੇ 'ਤੇ ਜੱਗ ਡਰੈ, ਮੇਰਾ ਮਨ ਆਨੰਦ ਮਰਨੇ ਹੀ 'ਤੇ ਪਾਈਐ ਪੂਰਨ ਪਰਮਾਨੰਦ। ਆਮ ਤੌਰ 'ਤੇ ਸਾਰੀ ਦੁਨੀਆ ਮੌਤ ਤੋਂ ਡਰਦੀ ਹੈ, ਪਰ ਕੌਣ ਨਹੀਂ ਡਰਦਾ ਜਿਹਦੇ ਅੰਦਰ ਪਰਮੇਸ਼ਰ ਦਾ ਨਾਂ ਵਸਿਆ ਹੁੰਦਾ। ਉਹਨਾਂ ਦੇ ਪ੍ਰਥਾਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਨਿਰਭਉ ਜਪੈ ਸਗਲ ਭਉ ਮਿਟੈ, ਨਾ ਜੰਮਣ ਦਾ ਭਏ ਨਾ ਮਰਨ ਦਾ ਭਏ। ਆਮ ਤੌਰ 'ਤੇ ਗੁਰਮੁਖੋ ਜਿਹੜੀ ਸ੍ਰਿਸ਼ਟੀ ਆ ਆਪਣੇ ਤੋਂ ਤਗੜੇ ਕੋਲੋਂ ਡਰਦੀ ਆ, ਮਾੜੇ ਨੂੰ ਡਰਾਉਂਦੀ ਆ, ਭਾਵੇਂ ਪਸ਼ੂ ਆ, ਭਾਵੇਂ ਪੰਛੀ, ਭਾਵੇਂ ਬੰਦਾ ਹੈ। ਆਮ ਤੌਰ 'ਤੇ ਤੁਸੀਂ ਪਸ਼ੂ ਵੇਖੇ ਹੋਣੇ ਆ, ਜਿਹੜੇ ਤਗੜੇ ਪਸ਼ੂ ਆ ਮਾੜੇ ਪਸ਼ੂ ਨੂੰ ਖੁਰਲੀ 'ਤੇ ਪੱਠੇ ਖਾਣ ਨਹੀਂ ਦਿੰਦੇ। ਇਸੇ ਤਰ੍ਹਾਂ ਮਨੁੱਖ ਦਾ ਹਾਲ ਵੀ ਆ, ਆਪਣੇ ਤੋਂ ਤਗੜੇ ਕੋਲੋਂ ਡਰਨਾ, ਮਾੜੇ ਕੋਲੋਂ ਡਰਾਉਣਾ। ਪਰ ਸਿੱਖੀ ਸਿਧਾਂਤ ਨੇ ਇਸ ਗੱਲ ਦਾ ਖੰਡਨ ਕੀਤਾ, ਨਾ ਤਾਂ ਸਿੱਖ ਕਿਸੇ ਕੋਲੋਂ ਡਰਦਾ, ਨਾ ਕਿਸੇ ਨੂੰ ਡਰਾਉਂਦਾ। ਪਾਵਨ ਗੁਰਬਾਣੀ ਦੇ ਬਚਨ ਹਨ, ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ। ਡਰਦੇ ਕੋਲੋਂ ਕਿਹਦੇ ਕੋਲੋਂ ਆ? ਇੱਕ ਪਰਮੇਸ਼ਰ ਕੋਲੋਂ ਡਰਦੇ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ, ਸੰਗਤ ਕੋਲੋਂ ਜਾਂ ਪੰਥ ਕੋਲੋਂ ਡਰਦੇ ਆ। ਆਪਣਾ ਕੀਮਤੀ ਸਵਾਸ, ਆਪਣਾ ਕੀਮਤੀ ਸਰੀਰ, ਕੀਤਾ ਹੋਇਆ ਪਰਨ, ਜਿਨ੍ਹਾਂ ਨੇ ਪਿਆਰੂ ਨਿਭਾਇਆ ਕੇਸਾਂ ਅਤੇ ਸਵਾਸਾਂ ਦੇ ਨਾਲ, ਉਹਨਾਂ ਨੂੰ ਸਾਰੀ ਦੁਨੀਆ ਅਰਦਾਸ ਦੇ ਰੂਪ ਵਿੱਚ 2 ਟਾਈਮ ਚੇਤੇ ਕਰਦੀ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਠ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਨ ਆਰਿਆਂ ਨਾਲ ਚੁਰਾਏ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ। ਉਹਨਾਂ ਨੂੰ 2 ਟਾਈਮ ਗੁਰੂ ਕਾ ਸਿੱਖ ਚੇਤੇ ਕਰਕੇ ਫਿਰ ਕੀ ਕਹਿੰਦਾ? ਤਿੰਨਾਂ ਦੀ ਪਵਿੱਤਰ ਕਮਾਈ, ਆਹ ਸਾਡੀ ਪਵਿੱਤਰ ਕਮਾਈ ਨਹੀਂ, ਪਵਿੱਤਰ ਨਾਮ ਜਪਿਆ ਕਿਹਦਾ? ਰਾਧਾ ਸੁਆਮੀਆਂ ਦਾ ਨਹੀਂ, ਸਰਸੇ ਵਾਲੇ ਦਾ ਨਹੀਂ, ਆਪਣੇ ਇਸ਼ਟ ਦਾ ਪਵਿੱਤਰ ਨਾਮ ਜਪਿਆ।
पवित्र नाम जाग करके प्यारे वो अंदरों भी पवित्र बाहरों भी पवित्र उन्हां दे काम भी पवित्र आए भी पवित्र गए भी पवित्र आ प्यारे उन्हां दी सलाना पवित्र याद दे संबंध विच जेड़े काम नू जिंदगी देंदे आ कुर्बान करदे आ परमेश्वर नू याद करदे आ शरीर त्यागण तों बाद उन्हां दीआं यादगारां बणाईआं जांदीआं उन्हां दीआं यादां मनाईआं जांदीआं मैं इन्हां शब्दां दे नाल उन्हां कौम दे महान शहीदां नू सिजदा करदा होइआ एक अरदास करदा कि सच्चे पातशाह उन्हां दा पीढ़ी दर पीढ़ी परिवार जिहड़ा गुलदस्ता सिक्खी दा इसे तरह टहकदा रहे किसी भी समय उन्हां दे परिवार उपर मुरझान ना आवे पीढ़ी दर पीढ़ी ये परिवार इसे तरह कौम दी पंथ दी गुरु दी सेवा करदा रहे ताकि उन्हां दे वड वडेरियां दा नाम इसे तरह दुनिया ते चमकदा रहे मैं अपने वालों इन्हां विचारां दे नाल कौम दे महान शहीदां नूं सिजदा करदा होया अपने विचारां नूं इत्थे संकोचदा होया सारी संगत कोलों खिमा मंगदा होया फतेह अर्ज करदा प्रबंधकां दा संगतां दा सतगुरु साहिब जी दा कोटान कोट धन्नवाद जिन्हां ने महान शहीदां दी बरसी ते कुझ बोलण दा कहण दा समां बख्शिया भुल्लां सुखां दी सीमा खिमा आओ फतेह बुला करके अगले प्रोग्राम बारे गुरमुखां दी रसना पासो सरवण करिए गज वज के आखो वाहिगुरु जी का खालसा वाहिगुरु जी की फतेह।